साहिब जी तेरे गुण बहुते मैं एक न जानिया मैं मूरख किछ दीजे प्रणवत नानक सुन मेरे साहिबा डुबदा पत्थर लीजे कृपा करो दीन के दाते मेरा गुण अवगण ना विचारो कोई माटी का क्या तो पैसा में मानस की गत माटी का क्या तो पैसा मानस की गत परम सम्मान योग हाजरा हजूर चावर शतर तख्त दे मालक गुरता गद्दी उपर सुभायमान धन धन साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी आओ सब तो पहला सतगुरां दी बख्शिश कीती हुई फतेह प्रवान करो जी सारे प्यार सत्कार नाल चुकाओ सी सतगुरां दे चरणा विच करो रसना नूं पवित्र ते आखो जी वाहिगुरु जी का खालसा वाहिगुरु जी की फतेह सुगुरमुख प्यारियो सतगुरां ने अपार कृपा रहमत अपने ते कीती है जो कि रात दा समां बीतण तो उपरंत अमृत वेले दा सुभाग समां आपां नूं बख्शिश होया है अमृत वेले नूं मुख रखदिआं होइआं सतगुरां ने कृपा रहमत कीती आपां नूं पावन तख्तां ते सुशोभित हो के दर्शन दारे बख्शिश कीते हन उपरंत सतगुरां दी पावन गुरबाणियां नितनेम दी बाणियां दे जाप होए उस तो उपरंत गुरमुख प्यारियां दे पासों आपां सारे बड़े प्यार दे नाल आसा दी वार दे शब्द कीर्तन सरवण कर रहे सी आओ जो ये थोड़ा समा सतगुरु पातशाह जी ने आपां नूं बख्शिश कीता है गुरबाणी विचार दा आओ अज नाल नाल सगरान दा दिहाड़ा भी है कत्तक दा महीना भी आज तो चढ़िया है आओ आपां सारे सतगुर दी हजूरी विच आए हाँ इस मकसद वास्ते आए हाँ कि किसे ना किसे तरीके दे नाल सानू सोझी आ जाए ज्ञान आ जाए भेत आ जाए कि इस संसार दे विच असी ये जो जीवन आपदा बतीत कर रहे हाँ किस तरीके दे नाल बतीत करना है क्योंकि गुरमुखो संसार विच आण के आपां नूं हरेक पॉइंट ते गुरु दी लोड़ पैंदी है ज्ञान दी लोड़ पैंदी है जदों बच्चा जन्म लैके इस संसार दे विच आपां देखदे आउंदा है
ਤੇ ਬੱਚੇ ਨੂੰ ਬਿਲਕੁਲ ਵੀ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਮੇਰੀ ਮਾਤਾ ਕੌਣ ਹੈ, ਪਿਤਾ ਕੌਣ ਹੈ, ਮੇਰਾ ਘਰ ਕਿਹੜਾ ਹੈ, ਮੇਰੇ ਭਾਈ ਭੈਣ ਕੌਣ ਹਨ, ਰਿਸ਼ਤੇਦਾਰ ਕੌਣ ਹਨ। ਬਿਲਕੁਲ ਵੀ ਬੱਚੇ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਪਰ ਦੇਖਦੇ ਹਾਂ ਜਿਵੇਂ ਜਿਵੇਂ ਬੱਚਾ ਫਿਰ ਪਰਿਵਾਰ 'ਚ ਸਮਾਂ ਬਿਤਾਉਣ ਲੱਗ ਪੈਂਦਾ ਹੈ, ਮਾਤਾ ਗੁਰੂ ਬਣ ਕੇ ਬੱਚੇ ਨੂੰ ਗਿਆਨ ਦੇਣਾ ਸ਼ੁਰੂ ਕਰਦੀ ਹੈ। ਹੌਲੀ ਹੌਲੀ ਗਿਆਨ ਦਿੱਤੀ ਜਾਂਦੀ ਬੱਚੇ ਨੂੰ ਕਿ ਮੈਂ ਤੇਰੀ ਮਾਤਾ ਹਾਂ, ਆਹ ਪਿਤਾ ਹੈ, ਆਹ ਭਾਈ ਹੈ, ਆਹ ਭੈਣ ਹੈ, ਸਾਰਾ ਗਿਆਨ ਦਿੰਦੇ। ਇਸੇ ਕਰਕੇ ਜਦੋਂ ਅਧਿਆਤਮਿਕ ਮਾਰਗ 'ਤੇ ਗੁਰਮੁਖੋ ਆਪਾਂ ਚੱਲਦੇ ਹਾਂ ਅਤੇ ਅਧਿਆਤਮਿਕ ਮਾਰਗ 'ਤੇ ਚੱਲਦਿਆਂ ਹੋਇਆਂ ਸਾਨੂੰ ਸਾਡੇ ਪਿਤਾ ਉਸ ਅਕਾਲ ਪੁਰਖ ਨਿਰੰਕਾਰ ਦੀ ਪਹਿਚਾਣ ਭੁੱਲ ਜਾਂਦੀ ਹੈ। ਜਦੋਂ ਅਸੀਂ ਉਸ ਪਿਤਾ ਨਿਰੰਕਾਰ ਅਕਾਲ ਪੁਰਖ ਦੀ ਪਹਿਚਾਣ ਭੁੱਲ ਜਾਂਦੇ ਹਾਂ, ਜਿਸ ਨੂੰ ਆਪਾਂ ਸਾਰੇ ਹਰ ਰੋਜ਼ ਅਰਦਾਸ ਵਿੱਚ ਬੇਨਤੀ ਕਰਦੇ ਹਾਂ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਜਿਸ ਨੂੰ ਪਾਤਸ਼ਾਹ ਜੀ ਗੁਰਬਾਣੀ 'ਚ ਫਰਮਾਨ ਕਰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਹ ਜੋ ਸਾਡਾ ਮਾਤਾ ਪਿਤਾ ਨਿਰੰਕਾਰ ਹੈ ਉਹਨੂੰ ਆਪਾਂ ਸਾਰੇ ਭੁੱਲ ਗਏ। ਪਰ ਗੁਰੂ ਸਾਹਿਬ ਕਿਰਪਾ ਰਹਿਮਤ ਕਰਕੇ ਗੁਰਮੁਖੋ ਸਾਨੂੰ ਉਸ ਪਿਤਾ ਦਾ ਗਿਆਨ ਦਿੰਦੇ ਜਿਸ ਪਿਤਾ ਨੂੰ ਆਪਾਂ ਸਾਰੇ ਸੰਸਾਰ 'ਚ ਆਣ ਕੇ ਭੁੱਲ ਚੁੱਕੇ ਹਾਂ। ਆਓ ਉਸ ਪਿਤਾ ਦਾ ਗਿਆਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਭੁੱਲਣ ਦੇ ਕਰਕੇ ਹੀ ਸੰਸਾਰ 'ਚ ਗੁਰਮੁਖ ਆਪਾਂ ਦੁਖੀ ਹੋ ਰਹੇ। ਅੱਜ ਸੰਸਾਰ ਵਿੱਚ ਆਪਾਂ ਦੇਖਦੇ ਹਾਂ ਕਿ ਹਰੇਕ ਜੀਵ ਯਤਨ ਕਰਦਾ ਹੈ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁੱਖ ਦੀ ਪ੍ਰਾਪਤੀ ਹੋ ਜਾਵੇ, ਸੁੱਖ ਮਿਲ ਜਾਵੇ। ਉਹਦੇ ਵਾਸਤੇ ਇਨਸਾਨ ਯਤਨ ਕਰਦਾ ਹੈ ਕਿ ਜੋ ਵੀ ਉਹਦੇ ਬਦਲੇ ਉਹਨੂੰ ਕਰਨਾ ਪੈਂਦਾ ਹੈ ਉਹ ਕਰਦਾ ਆ। ਜਿਹੜਾ ਵੀ ਯਤਨ ਇਨਸਾਨ ਕਰਦਾ ਹੈ ਸੁੱਖਾਂ ਦੀ ਖਾਤਰ ਕਰਦਾ ਹੈ। ਪਰ ਨੌਵੇਂ ਪਾਤਸ਼ਾਹ ਗੁਰੂ ਸਾਹਿਬ ਸਮਝਾਉਣਾ ਕਰਦੇ ਗੁਰਬਾਣੀ ਵਿੱਚ ਕਿ ਭਾਈ ਯਤਨ ਤੁਸੀਂ ਸੁੱਖ ਵਾਸਤੇ ਬਹੁਤ ਕਰ ਰਹੇ ਜੇ, ਪਰ ਇਹ ਜਿਹੜੇ ਸੁੱਖਾਂ ਦੀ ਖਾਤਰ ਯਤਨ ਤੁਸੀਂ ਕਰ ਰਹੇ ਜੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੁੱਖ ਤੁਸੀਂ ਲੈਣਾ ਸੀ ਮਨ ਦਾ, ਮਨ ਦੇ ਸੁੱਖ ਦੀ ਪ੍ਰਾਪਤੀ ਕਰਨੀ ਸੀ। ਪਰ ਜਿਸ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਨੇ ਸਾਨੂੰ ਸੰਸਾਰ 'ਚ ਜੀਵਨ ਦੇ ਕੇ ਭੇਜਿਆ, ਮਿਲਣ ਵਾਸਤੇ ਸਾਨੂੰ ਇੱਕ ਵਾਰੀ ਦਿੱਤੀ, ਉਸ ਨੂੰ ਮਿਲਣ ਵਾਸਤੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਯਤਨ ਕਰਨਾ ਸੀ, ਪਰ ਯਤਨ ਕਰਨਾ ਸ਼ੁਰੂ ਕਰਤਾ ਸੁੱਖਾਂ ਦੀ ਖਾਤਰ। ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰਦੇ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ, ਕਿ ਇਨਸਾਨ ਸੁੱਖਾਂ ਵਾਸਤੇ ਯਤਨ ਕਰਦਾ ਹੈ। ਉਹਦੇ ਵਾਸਤੇ ਆਪਾਂ ਦੇਖਾਂਗੇ ਇਨਸਾਨ ਕਿੰਨਾ ਕੁਝ ਕਰਦਾ ਹੈ, ਮਾਇਆ ਵੀ ਦਾਨ ਕਰਦਾ ਹੈ, ਪੁੰਨ ਦਾਨ ਵੀ ਕਰਦਾ ਹੈ, ਬਹੁਤ ਕੁਛ ਕਰਦਾ ਹੈ ਕਿ ਯਤਨ ਕਰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁੱਖ ਮਿਲ ਜਾਵੇ। ਪਰ ਸਤਿਗੁਰੂ ਜੀ ਦੀ ਬਾਣੀ ਵਿੱਚ ਸਪਸ਼ਟ ਕਰਕੇ ਦੱਸ ਦਿੱਤਾ ਗਿਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਭਾਈ ਨਾਮ ਤੋਂ ਬਿਨਾਂ ਸੁੱਖ ਨਹੀਂ ਜੇ ਮਿਲ ਸਕਦਾ, ਜੇ ਨਾਮ ਨਹੀਂ ਤਾਂ ਸੁੱਖ ਨਹੀਂ। ਇਸ ਕਰਕੇ ਇਨਸਾਨ ਯਤਨ ਕਰਾਉਂਦਾ ਅਤੇ ਉਹਦੇ ਵਾਸਤੇ ਆਪਾਂ ਦੇਖਾਂਗੇ ਸੰਸਾਰ ਵਿੱਚ ਹਰੇਕ ਜੀਵ ਯਤਨ ਕਰੀ ਜਾਂਦਾ ਹੈ, ਕੋਸ਼ਿਸ਼ ਕਰੀ ਜਾਂਦਾ ਹੈ। ਜਿਉਂ ਹੀ ਭਲਕੇ ਉੱਠਦੇ ਅੰਮ੍ਰਿਤ ਵੇਲਾ ਹੁੰਦਾ ਹੈ, ਯਤਨ ਕਰਨਾ ਸ਼ੁਰੂ ਕਰ ਦਿੰਦਾ। ਕਿਹਦੇ ਵਾਸਤੇ? ਸੰਸਾਰ ਦੇ ਸੁੱਖਾਂ ਵਾਸਤੇ। ਪਰ ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰਕੇ ਸਾਨੂੰ ਸਮਝਾਉਣਾ ਕਰਦੇ ਕਿ ਭਾਈ ਜੇ ਤੁਸੀਂ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ, ਜੇ ਸੁੱਖ ਲੈਣਾ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਇਸ ਰਸਨਾ ਦੇ ਨਾਲ ਨਾਮ ਜਪਣਾ ਪੈਣਾ ਜੇ ਸੁੱਖ ਲੈਣਾ ਤਾਂ। ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕਰਕੇ ਸਾਨੂੰ ਹਰੇਕ ਦਿਨ ਹਰੇਕ ਮਹੀਨੇ ਦਾ ਉਪਦੇਸ਼ ਗੁਰਬਾਣੀ 'ਚ ਬਖਸ਼ਿਸ਼ ਕੀਤਾ ਹੈ, ਕਿਉਂਕਿ ਗੁਰਮੁਖੋ ਕੋਈ ਵਿਸ਼ੇਸ਼ ਦਿਨ ਨਹੀਂ ਹੈ ਗੁਰਬਾਣੀ ਵਿੱਚ। ਜਿਸ ਤਰ੍ਹਾਂ ਆਪਾਂ ਵਿਸ਼ੇਸ਼ ਦਿਨ ਬਣਾ ਲੈਂਦੇ ਹਾਂ, ਕੋਈ ਵਿਸ਼ੇਸ਼ ਕਰਕੇ ਸਤਿਗੁਰੂ ਜੀ ਨੇ ਨਹੀਂ ਦੱਸਿਆ,
ਮਹਾਰਾਜ ਗੁਰਬਾਣੀ ਚ ਫਰਮਾਨ ਕਰਦੇ ਕਿ ਭਾਈ ਜਿੰਨੇ ਵੀ ਰੁੱਤਾਂ ਜਿੰਨੇ ਵੀ ਦਿਨ ਜਿੰਨੇ ਵੀ ਵਾਰ ਮਹੀਨੇ ਪਰਮਾਤਮਾ ਸੱਚ ਨਿਰੰਕਾਰ ਨੇ ਬਣਾਏ ਨੇ ਸਾਰੇ ਹੀ ਚੰਗੇ ਨੇ, ਕੋਈ ਦਿਨ ਮਾੜਾ ਨਹੀਂ ਹੈ। ਦਿਨ ਮਾੜਾ ਪਾਤਸ਼ਾਹ ਜੀ ਦੀ ਬਾਣੀ ਵਿੱਚ ਉਦੋਂ ਦੱਸਿਆ ਗਿਆ ਹੈ ਜਿਸ ਦਿਨ ਸਾਨੂੰ ਉਸ ਪਿਤਾ ਪਰਮਾਤਮਾ ਦਾ ਚੇਤਾ ਭੁੱਲ ਜਾਂਦਾ। ਜਿਸ ਦਿਨ ਪਾਤਸ਼ਾਹ ਜੀ ਕਹਿੰਦੇ ਸਾਨੂੰ ਉਸ ਸੱਚ ਪਿਤਾ ਨਿਰੰਕਾਰ ਦਾ ਚੇਤਾ ਭੁੱਲ ਜਾਂਦਾ, ਉਹ ਦਿਨ ਸਾਡੇ ਵਾਸਤੇ ਮਾੜਾ ਹੋ ਜਾਂਦਾ, ਉਹ ਰੁੱਤ ਸਾਡੇ ਵਾਸਤੇ ਮਾੜੀ ਹੋ ਜਾਂਦੀ। ਤੇ ਜਿਸ ਦਿਨ ਪਰਮਾਤਮਾ ਵਾਹਿਗੁਰੂ ਦਾ ਨਾਮ ਚੇਤੇ ਆ ਜਾਂਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਦਿਨ ਸੋਹਣਾ ਹੋ ਜਾਂਦਾ ਸਾਡੇ ਵਾਸਤੇ। ਇਸ ਕਰਕੇ ਗੁਰਬਾਣੀ 'ਚ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭੁਲੇਰੀ ਰੁੱਤ। ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਪਾਰ ਬ੍ਰਹਮ ਦਾ ਚੇਤਾ ਭੁੱਲ ਗਿਆ, ਉਸ ਰੁੱਤ ਨੂੰ ਵੀ ਫਟਕਾਰ ਹੈ, ਉਸ ਦਿਨ ਨੂੰ ਵੀ ਫਟਕਾਰ ਹੈ। ਭਾਈ ਉਹ ਰੁੱਤ ਤੇਰੇ ਵਾਸਤੇ ਫਟਕਾਰ ਹੈ ਜਿਸ ਦਿਨ ਵਾਹਿਗੁਰੂ ਦਾ ਚੇਤਾ ਭੁੱਲ ਗਿਆ। ਤੇ ਗੁਰਮੁਖੋ, ਅਸੀਂ ਸੰਸਾਰ ਵਿੱਚ ਇਹ ਸਮਝ ਰਹੇ ਹਾਂ ਕਿ ਸਾਰੇ ਆਹ ਦਿਨ ਚੰਗਾ ਹੈ ਤੇ ਆਹ ਦਿਨ ਮਾੜਾ ਹੈ, ਆਹ ਦਿਨ ਨਹੀਂ ਮਾੜਾ, ਆਹ ਵਾਰ ਨਹੀਂ ਮਾੜਾ, ਆਹ ਦਿਨ ਮਾੜਾ ਹੈ, ਆਹ ਚੰਗਾ ਹੈ, ਇਸ ਦਿਨ ਆਹ ਕੰਮ ਕਰਨਾ, ਆਹ ਨਹੀਂ ਕਰਨਾ, ਇਹ ਸੋਚ ਹੈ ਸਾਡੀ ਇੱਕ। ਪਰ ਪਰਮਾਤਮਾ ਨੇ, ਨਿਰੰਕਾਰ ਨੇ ਸਾਰੇ ਦਿਨ ਇੱਕ ਬਣਾਏ ਆ, ਕੋਈ ਦਿਨ ਮਾੜਾ ਨਹੀਂ, ਕੋਈ ਰੁੱਤ ਮਾੜੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਵਿੱਚ ਜਦੋਂ ਆਪਾਂ ਖੋਜਾਂਗੇ ਵਿਚਾਰਾਂਗੇ ਤੇ ਸਤਿਗੁਰੂ ਜੀ ਨੇ ਇੱਕ ਇੱਕ ਦਿਨ ਦਾ ਸਾਨੂੰ ਉਪਦੇਸ਼ ਗੁਰਬਾਣੀ 'ਚ ਬਖਸ਼ਿਸ਼ ਕਰ ਦਿੱਤਾ ਕਿ ਭਾਈ ਐਤਵਾਰ ਨੂੰ ਕੀ ਕਰਨਾ ਹੈ, ਸੋਮਵਾਰ ਨੂੰ ਕੀ ਕਰਨਾ ਹੈ, ਮੰਗਲਵਾਰ ਨੂੰ ਕੀ ਕਰਨਾ ਹੈ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸਾਰੇ ਦਿਨਾਂ ਦਾ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਗੁਰਬਾਣੀ ਵਿੱਚ ਪੜ੍ਹਾਂਗੇ ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰਾਂਗੇ ਤੇ ਸਤਿਗੁਰੂ ਜੀ ਫਰਮਾਨ ਕਰਦੇ ਗੁਰਬਾਣੀ ਵਿੱਚ, ਆਦਿਤ ਕਰੇ ਭਗਤ ਆਰੰਭ, ਕਾਇਆ ਮਨਸਾ ਮੰਦਰ ਥੰਭ। ਪਾਤਸ਼ਾਹ ਜੀ ਕਹਿੰਦੇ ਐਤਵਾਰ ਤੋਂ ਭਗਤੀ ਸ਼ੁਰੂ ਕਰੋ, ਆਪਦੀ ਐਤਵਾਰ ਦੇ ਦਿਨ ਤੋਂ ਭਗਤੀ ਸ਼ੁਰੂ ਕਰੋ। ਆਦਿਤ ਕਰੇ ਭਗਤ ਆਰੰਭ, ਕਾਇਆ ਮਨਸਾ ਮੰਦਰ ਥੰਭ। ਭਾਈ ਇਸ ਕਾਇਆ ਵਿੱਚ ਆਪਣੇ ਮਨਸ਼ਾਵਾਂ ਨੂੰ, ਇੱਛਾਵਾਂ ਨੂੰ ਰੋਕ ਕੇ ਰੱਖ, ਇਹਨਾਂ ਨੂੰ ਕੰਟਰੋਲ ਕਰਨਾ ਸਿੱਖ, ਇਹਨਾਂ ਨੂੰ ਇਸ ਮਨ ਨੂੰ ਵਸ ਵਿੱਚ ਕਰਨਾ ਸਿੱਖ। ਪਾਤਸ਼ਾਹ ਨੇ ਗੁਰਬਾਣੀ 'ਚ ਤਰੀਕਾ ਦੱਸਿਆ। ਮਹਾਰਾਜ ਗੁਰਬਾਣੀ 'ਚ ਸਾਨੂੰ ਗੁਰਮੁਖੋ ਜੀਵਨ ਦੀ ਜਾਂਚ ਸਿਖਾਉਂਦੇ ਆ ਕਿ ਤੁਸੀਂ ਇਹ ਸੰਸਾਰ 'ਚ ਰਹਿਣਾ ਕਿਵੇਂ ਆ, ਤੁਸੀਂ ਇਹ ਸੰਸਾਰ 'ਚ ਜਿਉਣਾ ਕਿਵੇਂ ਆ, ਤੁਸੀਂ ਇੱਕ ਇੱਕ ਦਿਨ ਸੰਸਾਰ 'ਚ ਬਿਤਾਉਣਾ ਕਿਵੇਂ ਹੈ, ਇੱਕ ਇੱਕ ਦਿਨ ਦਾ, ਇੱਕ ਇੱਕ ਮਹੀਨੇ ਦਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਦਿਤ ਕਰੇ ਭਗਤ ਆਰੰਭ, ਕਾਇਆ ਮਨਸਾ ਮੰਦਰ ਥੰਭ, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਇਹ ਸਾਨੂੰ ਸਾਰਾ ਅੰਦਰਲਾ ਗਿਆਨ ਬਖਸ਼ਿਸ਼ ਕਰ ਰਹੇ ਪਾਤਸ਼ਾਹ ਜੀ, ਸਮਝਾਉਣਾ ਕਰ ਰਹੇ ਕਿ ਭਾਈ ਤੁਹਾਡੇ ਅੰਦਰ ਸੂਰਜ ਤੇ ਚੰਦਰਮਾ ਹੈ, ਜਦੋਂ ਤੁਸੀਂ ਚੰਦਰਮਾ ਵਾਲੇ ਪਾਸੇ ਸੁਰਤੀ ਨੂੰ ਲੈ ਕੇ ਜਾਓਗੇ, ਉਹਦੇ 'ਚੋਂ ਅੰਮ੍ਰਿਤ ਝਰੇਗਾ, ਉਸ ਅੰਮ੍ਰਿਤ ਨੂੰ ਪੀ ਲਿਆ ਜੇ, ਉਹ ਤੁਹਾਡੇ ਮਨ ਦੀ ਖੁਰਾਕ ਹੈ। ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ, ਮੰਗਲਵਾਰੇ ਲੇ ਮਾਹੀਤ, ਪੰਜ ਚੋਰ ਕੀ ਜਾਣੈ ਰੀਤ। ਭਾਈ ਇਹ ਜਿਹੜੇ ਪੰਜ ਚੋਰ ਤੇਰੀ ਦੇਹੀ 'ਚ ਬੈਠੇ ਨੇ, ਮੰਗਲਵਾਰ ਨੂੰ ਗਿਆਨ ਲਈ ਗੁਰੂ ਤੋਂ, ਇਹਨਾਂ ਪੰਜਾਂ ਦੀ ਰੀਤ ਜਾਣ ਲਈ ਤੈਨੂੰ ਕਿਵੇਂ ਲੁੱਟ ਰਹੇ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਬੁੱਧਵਾਰ, ਬੁੱਧ ਕਰੈ ਪ੍ਰਗਾਸ, ਬੁੱਧਵਾਰ ਨੂੰ ਆਪਣੇ ਅੰਦਰ ਗੁਰੂ ਦੀ ਮੱਤ ਦਾ ਪ੍ਰਕਾਸ਼ ਲੈ ਕੇ ਚੱਲੀ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਤਾਂ ਕੈ ਆਤਮਾ ਹੋਏ ਨਿਵਾਸ। ਫਿਰ ਪਾਤਸ਼ਾਹ ਜੀ ਕਹਿੰਦੇ ਤੇਰੀ ਆਤਮਾ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋਵੇਗਾ। ਵੇਖੋ ਇੱਕ ਇੱਕ ਦਿਨ ਦਾ ਗਿਆਨ ਸਤਿਗੁਰੂ ਜੀ ਬਾਣੀ 'ਚ ਬਖਸ਼ਿਸ਼ ਕਰ ਰਹੇ। ਤੇ ਗੁਰਮੁਖੋ, ਅਸੀਂ ਆਪਣੀ ਮੱਤ ਦੇ ਮੁਤਾਬਕ ਸੰਸਾਰ 'ਚ ਚੱਲ ਰਹੇ, ਅਸੀਂ ਆਪਦੀ ਮੱਤ ਦੇ ਮੁਤਾਬਕ ਸੰਸਾਰ 'ਚ ਚੱਲ ਰਹੇ ਤੇ ਆਪਦੀ ਮੱਤ ਦੇ ਮੁਤਾਬਕ ਚੱਲਣ ਦੇ ਨਾਲ ਇਹ ਸੋਚ ਰਹੇ ਕਿ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਕਿ ਸ਼ਾਇਦ ਸਾਡੇ ਨਾਲ ਕੋਈ ਕਰ ਰਿਹਾ ਹੈ। ਜਦੋਂ ਇਨਸਾਨ ਦੇ ਜੀਵਨ 'ਚ ਦੁੱਖ ਆਉਂਦਾ ਨਾ,
ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਡੇ ਪਰਿਵਾਰਾਂ 'ਚ ਜਦੋਂ ਕੋਈ ਲੜਾਈ ਝਗੜਾ ਕਲੇਸ਼ ਹੋ ਜਾਂਦਾ ਹੈ ਜਾਂ ਸਾਡੇ ਘਰ 'ਚ ਕੋਈ ਦੁੱਖ ਤਕਲੀਫ ਆ ਜਾਂਦੀ ਹੈ, ਆਪਾਂ ਆਪਣੇ ਕਰਮਾਂ ਦਾ ਦੋਸ਼ ਦੂਜੇ 'ਤੇ ਮੜ ਦਿੰਦੇ ਹਾਂ। ਆਪਾਂ ਕਹਿੰਦੇ ਹਾਂ ਵੀ ਫਲਾਣੇ ਨੇ ਸਾਡੇ ਨਾਲ ਕੁਝ ਕੀਤਾ ਹੋਣਾ। ਪਰ ਅੱਜ ਜਿਹੜਾ ਕੱਤਕ ਦਾ ਮਹੀਨਾ ਚੜ੍ਹਿਆ ਨਾ, ਇਸ ਮਹੀਨੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ, ਭਾਈ ਦੂਜੇ ਨੂੰ ਦੋਸ਼ ਨਾ ਦੇਵੀਂ। ਦੋਸ਼ ਦੂਜੇ ਨੂੰ ਦੇਣ ਤੋਂ ਪਹਿਲਾਂ ਵਿਚਾਰ ਕਰ ਲਵੇਂ ਕਿ ਦੋਸ਼ ਹੈ ਕਿਹਦਾ। ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰ ਰਹੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਭਾਈ ਕੱਤਕ ਦੇ ਮਹੀਨੇ ਵਿੱਚ ਜਿਹੜੇ ਤੂੰ ਕਰਮ ਕਮਾਵੇਂਗਾ ਨਾ, ਉਹਨਾਂ ਕਰਮਾਂ ਦਾ ਫਲ ਤੈਨੂੰ ਮਿਲੇਗਾ, ਅਤੇ ਉਸ ਫਲ ਨੂੰ ਪ੍ਰਾਪਤ ਕਰਕੇ ਦੂਜੇ ਨੂੰ ਦੋਸ਼ ਨਾ ਦੇ ਰਹੀ ਕਿਤੇ। ਕਿਉਂਕਿ ਗੁਰਮੁਖ ਅਸੀਂ ਕਰਮ ਕਰਦੇ ਹਾਂ। ਜਿਵੇਂ ਆਪਾਂ ਵਿਚਾਰ ਕਰ ਰਹੇ ਕਿ ਇਹ ਗਿਆਨ ਸਤਿਗੁਰ ਦੀ ਬਾਣੀ ਤੋਂ ਅਸੀਂ ਲੈਣਾ ਸੀ, ਭੇਤ ਲੈਣਾ ਸੀ, ਸੋਝੀ ਲੈਣੀ ਸੀ ਕਿ ਅਸੀਂ ਇਹ ਸੰਸਾਰ 'ਚ ਆਣ ਕੇ ਕਿਵੇਂ ਗੁਰੂ ਦੀ ਮੱਤ ਦੁਆਰਾ ਚੱਲਣਾ ਸੀ। ਜੇ ਗੁਰੂ ਦੀ ਮੱਤ ਦੁਆਰਾ ਚੱਲਦੇ ਤਾਂ ਫਿਰ ਸਾਡੇ ਕਰਮ ਗੁਰਮੁਖ ਨਿਰਮਲ ਹੁੰਦੇ। ਕਰਮ ਨਿਰਮਲ ਕਿਵੇਂ ਹੋਣੇ ਸੀ ਸਾਡੇ? ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰਦੇ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਉਸ ਵਾਹਿਗੁਰੂ ਦੇ ਨਾਮ ਨੂੰ ਆਪਾਂ ਜਪਦੇ ਇਸ ਰਸਨਾ ਦੇ ਨਾਲ, ਵਾਹਿਗੁਰੂ 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 ਜਦੋਂ ਜਪਦੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਤੁਹਾਡੇ ਕਰਮ ਜਿਹੜੇ ਸੀ ਉਹ ਨਿਰਮਲ ਹੋਣੇ ਸੀ। ਜਦੋਂ ਨਾਮ ਜਪਦੇ ਇਸ ਰਸਨਾ ਦੇ ਨਾਲ, ਹਰ ਕੋ ਨਾਮ ਜਪ ਨਿਰਮਲ ਕਰਮ, ਫਿਰ ਤੁਹਾਡੇ ਕਰਮ ਨਿਰਮਲ ਹੋਣੇ ਸੀ। ਇਹਦਾ ਭਾਵ ਜੇਕਰ ਅਸੀਂ ਨਾਮ ਨਹੀਂ ਜਪਦੇ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਸਾਡੇ ਕਰਮ ਮਾੜੇ ਨੇ। ਜੇ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਨਹੀਂ, ਉਹਦਾ ਸਿਮਰਨ ਨਹੀਂ ਕਰਦੇ ਤੇ ਫਿਰ ਗੁਰਮੁਖੋ ਕਰਮ ਮਾੜੇ ਨੇ। ਜੇ ਜਪਦੇ ਹਾਂ ਤੇ ਫਿਰ ਕਰਮ ਨਿਰਮਲ ਹੋਣਗੇ। ਇਹ ਵਿਚਾਰਨਾ ਪੈਣਾ ਸਾਨੂੰ, ਸਤਿਗੁਰੂ ਦੀ ਬਾਣੀ ਤੋਂ ਗਿਆਨ ਲੈ ਕੇ ਗੁਰਮੁਖੋ ਚੱਲਣਾ ਪੈਣਾ, ਮਤ ਲੈ ਕੇ ਚੱਲਣਾ ਪੈਣਾ। ਕਿਉਂਕਿ ਜੇ ਅਸੀਂ ਆਪਦੀ ਮਤ ਦੁਆਰਾ ਚੱਲਦੇ ਰਹੇ, ਅੱਜ ਸੰਸਾਰ 'ਚ ਆਪਾਂ ਦੇਖੀਏ ਨਾ, ਜਦੋਂ ਸਾਨੂੰ ਕੋਈ ਕਹਿੰਦਾ ਕਿ ਭਾਈ ਤੁਸੀਂ ਗੁਰੂ ਘਰ ਆਇਆ ਕਰੋ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਕਰੋ, ਗੁਰੂ ਵਾਲੇ ਬਣੋ ਭਾਈ, ਸੰਗਤ ਕਰਿਆ ਕਰੋ, ਤੇ ਕਈ ਜੀਵ ਕਹਿ ਦਿੰਦੇ ਜੀ ਸਾਨੂੰ ਇਸ ਗੱਲ ਦਾ ਗਿਆਨ ਨਹੀਂ, ਸਾਨੂੰ ਇਸ ਚੀਜ਼ ਦੀ ਲੋੜ ਨਹੀਂ, ਸਾਨੂੰ ਗੁਰੂ ਵਾਲੇ ਬਣਨ ਦੀ ਲੋੜ ਨਹੀਂ, ਸਾਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ, ਸਾਨੂੰ ਗੁਰੂ ਘਰ ਆਉਣ ਦੀ ਲੋੜ ਨਹੀਂ, ਸਾਡਾ ਮਨ ਸਾਫ ਆ। ਗੁਰਮੁਖੋ ਇਹ ਆਪਾਂ ਗਿਆਨ ਤੋਂ ਬਿਨਾਂ ਕਹਿ ਰਹੇ, ਗਿਆਨ ਤੋਂ ਬਿਨਾਂ ਅਸੀਂ ਇਹ ਗੱਲਾਂ ਕਹਿ ਰਹੇ ਹਾਂ। ਜਿਸ ਜੀਵ ਨੂੰ ਗਿਆਨ ਆ ਗਿਆ ਉਹ ਕਹਿੰਦਾ ਕਿ ਮੈਂ ਮੈਲਾ ਹਾਂ, ਮੈਂ ਮਾੜਾ, ਬਾਕੀ ਸਾਰੇ ਚੰਗੇ ਨੇ। ਜਿਹਨੂੰ ਗਿਆਨ ਨਹੀਂ ਉਹ ਕਹਿੰਦਾ ਵੀ ਮੈਂ ਚੰਗਾ, ਬਾਕੀ ਸਾਰੇ ਮਾੜੇ ਨੇ। ਗੱਲ ਤਾਂ ਗਿਆਨ ਦੀ ਹੈ ਨਾ। ਹੁਣ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਦੇ ਆਪਾਂ ਬਚਨ ਪੜ੍ਹ ਕੇ ਦੇਖੀਏ, 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਉਹਨਾਂ 36 ਮਹਾਂਪੁਰਖਾਂ ਦੇ ਬਚਨ, ਇੱਕ ਇੱਕ ਬਚਨ ਪੜ੍ਹ ਕੇ ਦੇਖੀਏ, ਆਪਣੇ ਆਪ ਨੂੰ ਨੀਵਾਂ ਹੀ ਦੱਸੀ ਜਾਂਦੇ, ਕਿਉਂਕਿ ਉਹਨਾਂ ਨੂੰ ਗਿਆਨ ਹੈ। ਅਤੇ ਜਿਸ ਜੀਵ ਨੂੰ ਗਿਆਨ ਨਹੀਂ ਉਹਨੇ ਆਪਣੇ ਆਪ ਨੂੰ ਉੱਚਾ ਕਰਕੇ ਦੱਸਣਾ ਹੈ ਕਿ ਮੈਂ ਉੱਚਾ ਬਾਕੀ ਨੀਵੇਂ ਆ, ਮੈਂ ਚੰਗਾ ਬਾਕੀ ਮਾੜੇ ਆ। ਸਤਿਗੁਰੂ ਦੀ ਬਾਣੀ ਵਿੱਚ ਗੁਰਮੁਖੋ ਗਿਆਨ ਸਾਨੂੰ ਦਿੱਤਾ ਜਾ ਰਿਹਾ। ਪਾਤਸ਼ਾਹ ਜੀ ਕਹਿੰਦੇ ਜੇ ਇਹ ਗਿਆਨ ਨਾ ਲਿਆ, ਗੁਰੂ ਦੇ ਮਤ ਦੇ ਅਨੁਸਾਰ ਨਾ ਚੱਲੇ, ਤੇ ਪਾਤਸ਼ਾਹ ਜੀ ਕਹਿੰਦੇ ਫਿਰ ਤੁਸੀਂ ਇਆਣੇ ਹੋ, ਸਿਆ ਸੰਸਾਰ 'ਚ ਸਿਆਣੇ ਨਹੀਂ ਜੇ। ਕਿਉਂਕਿ ਜੀਵ ਆਪਣੇ ਆਪ ਨੂੰ ਸਿਆਣਾ ਸਮਝਦਾ, ਇਸੇ ਕਰਕੇ ਗੁਰੂ ਦੀ ਮਤ 'ਤੇ ਨਹੀਂ ਚੱਲਦਾ, ਇਸੇ ਕਰਕੇ ਕਿਸੇ ਦੀ ਵਿਚਾਰ ਸੁਣਨ ਨੂੰ ਤਿਆਰ ਨਹੀਂ, ਇਸੇ ਕਰਕੇ ਕਿਸੇ ਦੀ ਬਾਣੀ ਪੜ੍ਹਨ ਨੂੰ ਤਿਆਰ ਨਹੀਂ, ਇਸੇ ਕਰਕੇ ਨਾਮ ਜਪਣ ਨੂੰ ਤਿਆਰ ਨਹੀਂ, ਕਿਉਂਕਿ ਕਹਿੰਦਾ ਵੀ ਮੈਨੂੰ ਲੋੜ ਨਹੀਂ ਹੈ, ਮੈਂ ਸਿਆਣਾ ਹਾਂ। ਅਤੇ ਗੁਰੂ ਸਾਹਿਬ ਗੁਰਬਾਣੀ 'ਚ ਫਰਮਾਨ ਕਰਦੇ, ਭਾਈ ਜੇ ਤੂੰ ਇਹ ਸੋਚ ਬਣਾ ਕੇ ਚੱਲ ਰਿਹਾ ਹੈ ਤੇ ਫਿਰ ਕੀ ਸਮਝਾਉਣਾ ਕਰ ਰਹੇ? ਪਾਤਸ਼ਾਹ ਜੀ ਕਹਿੰਦੇ ਗੁਰ ਕੀ ਮਤ ਤੂੰ ਲੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਭਾਈ ਜੇ ਭਗਤੀ ਨਹੀਂ ਕਰਦਾ, ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਉਹਦਾ ਸਿਮਰਨ ਨਹੀਂ ਕਰਦਾ, ਤੇ ਫਿਰ
फिर पातशाह जी कहिंदे भगत बिनाम भो डूबे सियाने, फिर सियाने बन गए ते डुब जाओगे। सतगुरु जी बाणी च सानू ज्ञान दे रहे, पातशाह जी कहिंदे इह संसार दी रीत बन गई कि कर्म मैं कर रहा दोष दूजे नूं दे रहा। इत्थे दोष पातशाह जी कहिंदे दूजे नूं नहीं देना, कत्तक कर्म कमावणे दोष ना काहू जोग। दूजे नूं दोष देण तों पहलां अपने कर्मां दे वल झाती मार ली वी मैं कर्म की कर रहा। सतगुरु पातशाह जी ने गुरबाणी च हुणे हुणे गुरमुखां ने आसा दी वार दा जाप कीता, शब्द कीर्तन राहीं सरवण करवाया। आसा दी वार दी बाणी च पातशाह जी ने ज्ञान दिता, समझाउणा कीता। सतगुरु पातशाह जी कहिंदे भाई इह संसार विच इस तरह ना होवे कि तू बीजे जहर ते मंगे अमृत, यह कोई न्याय नहीं है। पातशाह जी कहिंदे हुण गुरमुखो देखो असी यह शरीर साडा खेत आ। जिस तरह आपां जिमीदार देखते हैं, जिमीदार भरा अपने पिंड विच रहिंदे ने, हरेक थां ते रहिंदे ने, उहनां कोले खेत हुंदा है, जमीन हुंदी है, ते जमीन विच जिमीदार ना फसल बीजदा। हुण गुरमुखो फसल जिमीदार ने बीज पाया, ते जिहड़ा बीज उस जिमीदार ने अपने खेत विच पाया है, पंज चार महीनियां नूं उस बीज ने फल के तैयार हो जाणा, पक जाणा है, ते पंजां चौहां महीनियां बाद उस जिमीदार ने उस बीज नूं वढ लैणा। ऐसा नहीं होवेगा कि बीज जिमीदार ने होर पाया ते उहदा फल होर मिलेगा, नहीं। जे हुण झोने दी फसल बीजी जिमीदार ने, ते हुण तैयार है झोना पक के वढण नूं, वढ लवेगा। फिर झोना वढ के कणक बीजांगे, कणक दा बीज पावांगे, उह पंजां चौहां महीनियां नूं वढ लांगे। इस तरह गुरमुख नहीं हो सकता कि बीज झोने दा पाया ते कणक वढेगा, बिल्कुल भी नहीं हो सकता। हुण असी इह शरीर सानू वाहिगुरु ने खेत दिता, अज उह साडा शरीर है, सतगुरु जी कहिंदे इह भी खेत है, ते जिहड़े बीज पातशाह जी कहिंदे तुसीं इस खेत विच पाओगे उह तुहानू वढने पैणगे, उहदा फल मिलेगा। अज संसार विच आपां देखदे हां हरेक जीव कहिंदा जी असी बाणी भी पढ़दे हां, असी गुरु घर भी जाने हां, दुख सानू मिली जांदे ने, लड़ाई झगड़ा साडे घरां च चली जांदा है। कारण की है? सतगुरु पातशाह जी कहिंदे भाई पहलां अपने कर्मां वल देख, तू शरीर विच वी खेत विच बीज किहड़े पा रहे हां। क्योंकि गुरमुखो जो असी संसार च रहिंदे हां अक्खां नाल वेखदे हां, बीज पै रहे ने अंदर, बीज रहे आए, जो कन्नां नाल सुन रहे हां पातशाह जी कहिंदे इह बीज पै रहे ने अंदर खेत दे विच, शरीर रूपी खेत विच, जो रसना दे नाल बोल रहे हां सतगुरु पातशाह जी कहिंदे भाई इह बीजिया जा रहा तेरे अंदर, ते बीज रहे हां तू जहर, ते पातशाह जी कहिंदे मंग रहे अमृत, यह कोई न्याय तो नहीं। सतगुरु जी ने आसा दी वार दी बाणी च सानू समझाउणा कीता, बीजे वेख मंगे अमृत देखो, यह न्याय, यह कित्थों दा न्याय। हुण बीज असी पा रहे हां, कर्म असी कर रहे हां, ते गुरमुखो दोष दूजे नूं दे रहे हां। दोष आपां दूजे नूं दिंदे ना हमेशा, बंदा दोष दूजे नूं दिंदा। देखते हैं कर्म जो असी करते हैं तो उन्हां कर्मों का गुरमुखो सानू फल मिलता, क्योंकि जिहड़ा कर्म असी कीता, जिहड़ा बीज असी पाया, उहदा फल वाहिगुरु ने सानू देना ही देना है। क्योंकि पातशाह जी ने बाणी च समझाउणा कीता, जैसा बीजा सो लुणा है, कर्मा संदड़ा खेत, खेत शरीर जो बीजी है सो अंत खलोआ आए। भाई जो शरीर रूपी खेत विच बीजोगे अंत वेले वढना पैना, ते हुण असी बीज की रहे हां इस शरीर रूपी खेत विच बीज रहे हां। गुरमुखो असी निंदिया इहदा बीज, इहदा फल मिल रहा सानू, इस शरीर रूपी खेत च बीज रहे हां ईरखा, इहदा फल मिल रहा है, दुविधा दे बीज पा रहे हां इहदा फल मिल रहा है। सतगुरु पातशाह जी कहिंदे भाई इह बीज बीजण तों पहलां गुरु तों पुछ लई भी इह शरीर रूपी खेत च बीजना की है, ज्ञान लै ली, मत लै ली गुरु तो। सतगुरु जी ने गुरबाणी च फरमान किया कि भाई दोष ना देवी दूजे नूं, ददा दोष ना देऊ किसे, पातशाह जी कहिंदे दूसरे नूं दोष ना देवी, ददा दोष ना देऊ किसे, दोष कर्मा अपने जो मैं किया
ਸੋ ਮੈਂ ਪਾਇਆ। ਜੋ ਮੈਂ ਕੀਤਾ ਪਾਤਸ਼ਾਹ ਜੀ ਕਹਿੰਦੇ ਉਹ ਪਾ ਲਿਆ। ਦੋਸ਼ ਨਾ ਦੀਜੈ ਅਵਰਜਨਾ, ਦੂਜਿਆਂ ਨੂੰ ਦੋਸ਼ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਦੋਸ਼ ਆਪਣੇ ਕਰਮਾਂ ਦਾ ਹੀ ਆ। ਹੁਣ ਭਾਵੇਂ ਅਸੀਂ ਸੰਸਾਰ 'ਚ ਦੁਖੀ ਹਾਂ ਅਤੇ ਭਾਵੇਂ ਸੁਖੀ ਹਾਂ, ਉਹ ਸਾਡੇ ਕਰਮਾਂ ਦਾ ਦੋਸ਼ ਹੈ। ਸਤਿਗੁਰੂ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਇਸ ਮਹੀਨੇ ਦੇ ਵਿੱਚ, ਗਿਆਨ ਬਖਸ਼ਿਸ਼ ਕਰ ਰਹੇ ਭਾਈ ਇਸ ਮਹੀਨੇ ਦੇ ਵਿੱਚ ਰਹਿੰਦਿਆਂ ਤੁਸੀਂ ਦੂਜੇ ਨੂੰ ਦੋਸ਼ ਨਾ ਦਿਆ। ਜੇ ਕਰਮ ਜੋ ਕਰੋਗੇ ਤੁਹਾਨੂੰ ਉਹਦਾ ਫਲ ਮਿਲੇਗਾ। ਸਮਝਾਉਣਾ ਪਾਤਸ਼ਾਹ ਜੀ ਕਰ ਰਹੇ, ਸਾਨੂੰ ਸਮਝਾ ਰਹੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਜਦੋਂ ਬੰਦਾ ਕੋਈ ਰੋਗ ਲੱਗ ਜਾਂਦਾ ਨਾ ਇਨਸਾਨ ਨੂੰ, ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਤੇ ਬੰਦੇ ਦੇ ਅੰਦਰ ਸੋਚਾਂ ਬਹੁਤ ਚੱਲ ਪੈਂਦੀਆਂ ਨੇ। ਇਨਸਾਨ ਦੇ ਅੰਦਰ ਸੋਚਾਂ ਇਨਸਾਨ ਦੇ ਅੰਦਰ ਚੱਲ ਪੈਂਦੀਆਂ ਤੇ ਇਨਸਾਨ ਇਹ ਸੋਚਦਾ ਹੈ ਕਿ ਚੰਗੇ ਭਲੇ ਸੀ, ਸਰੀਰ ਵਧੀਆ ਸੀ, ਕੋਈ ਰੋਗ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ, ਘਰ ਬਾਰ ਚੰਗਾ ਸੀ, ਵਧੀਆ ਸੀ ਸਾਰਾ ਕੁਝ। ਪਰ ਅਚਾਨਕ ਪਤਾ ਨਹੀਂ ਕਿਸੇ ਨੇ ਕੀ ਕਰ ਦਿੱਤਾ ਹੈ, ਸਰੀਰ ਨੂੰ ਰੋਗ ਹੀ ਐਸਾ ਲੱਗ ਗਿਆ, ਇਹ ਰੋਗ ਮਿਟ ਹੀ ਨਹੀਂ ਰਿਹਾ। ਸਤਿਗੁਰੂ ਜੀ ਦੀ ਬਾਣੀ ਵਿੱਚ ਗੁਰਮੁਖੋ ਦੋ ਤਰ੍ਹਾਂ ਦੇ ਰੋਗ ਦੱਸੇ ਗਏ, ਇੱਕ ਰੋਗ ਹੈ ਤਨ ਕਰਕੇ ਤੇ ਇੱਕ ਹੈ ਮਨ ਕਰਕੇ। ਸਾਡਾ ਤਨ ਵੀ ਪਾਤਸ਼ਾਹ ਜੀ ਕਹਿੰਦੇ ਰੋਗੀ ਹੁੰਦਾ ਹੈ ਤੇ ਮਨ ਵੀ ਰੋਗੀ ਹੁੰਦਾ ਹੈ। ਹੁਣ ਤਨ ਦੇ ਰੋਗ ਤਾਂ ਗੁਰਮੁਖੋ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਤਨ ਨੂੰ ਰੋਗ ਲੱਗੇ ਨੇ, ਪਰ ਮਨ ਦੇ ਰੋਗਾਂ ਨੂੰ ਭੁੱਲ ਗਏ। ਜਿਹੜਾ ਸਿਆਣਾ ਡਾਕਟਰ ਆਪਾਂ ਸੰਸਾਰ 'ਚ ਦੇਖਾਂਗੇ ਨਾ, ਜਦੋਂ ਅਸੀਂ ਸਾਨੂੰ ਕੋਈ ਰੋਗ ਸਰੀਰ ਨੂੰ ਲੱਗ ਜਾਂਦਾ ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਦੇ ਕੋਲ ਗਏ, ਡਾਕਟਰ ਸਾਹਿਬ ਸਾਨੂੰ ਆਹ ਰੋਗ ਹੈ ਬਿਮਾਰੀ ਹੈ, ਅਤੇ ਪਹਿਲਾਂ ਆਪਾਂ ਪੁਰਾਣੇ ਸਮੇਂ 'ਚ ਦੇਖਦੇ ਸੀ ਵੈਦ ਹੁੰਦੇ ਸੀ, ਅਤੇ ਉਹ ਵੈਦ ਕੀ ਕਰਦੇ ਸੀ, ਰੋਗ ਦੀ ਜੜ ਤੱਕ ਤਹਿ ਤੱਕ ਜਾਂਦੇ ਸੀ ਵੀ ਇਹ ਰੋਗ ਸ਼ੁਰੂ ਕਿੱਥੋਂ ਹੋਇਆ। ਅੱਜ ਤਾਂ ਆਪਾਂ ਡਾਕਟਰ ਵੇਖਦੇ ਹਾਂ ਵੀ ਰੋਗ ਦੱਸਿਆ ਅਤੇ ਦਵਾਈ ਦੇ ਦਿੱਤੀ ਅਤੇ ਨਾਲ ਹੀ ਚਲੇ ਗਏ, ਪਰ ਉਸ ਰੋਗ ਦੀ ਤਹਿ ਅਤੇ ਜੜ 'ਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਇਹ ਰੋਗ ਅਸਲ ਵਿੱਚ ਸ਼ੁਰੂ ਕਿੱਥੋਂ ਹੁੰਦਾ ਹੈ। ਪਰ ਜਿਹੜਾ ਸਿਆਣਾ ਵੈਦ ਸਿਆਣਾ ਡਾਕਟਰ ਹੁੰਦਾ ਰੋਗ ਦੀ ਜੜ 'ਤੇ ਜਾਂਦਾ ਹੈ ਕਿ ਇਹ ਰੋਗ ਸ਼ੁਰੂ ਕਿੱਥੋਂ ਹੋਇਆ। ਐਸੇ ਤਰੀਕੇ ਦੇ ਨਾਲ ਗੁਰਮੁਖੋ, ਸਾਡੇ ਤਨ ਨੂੰ ਵੀ ਰੋਗ ਲੱਗੇ ਅਤੇ ਸਾਡੇ ਮਨ ਨੂੰ ਵੀ ਰੋਗ ਲੱਗੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਭਾਈ ਪਹਿਲਾਂ ਇਹ ਵਿਚਾਰ ਕੇ ਦੇਖਿਆ ਜੀ ਵੀ ਰੋਗ ਸ਼ੁਰੂ ਕਿੱਥੋਂ ਹੁੰਦਾ। ਮਹਾਰਾਜ ਨੇ ਗੁਰਬਾਣੀ 'ਚ ਫਰਮਾਨ ਕੀਤਾ ਕਿ ਭਾਈ ਇਹ ਜੋ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜੋ ਸਾਡੇ ਅੰਦਰ ਪੰਜ ਵਿਕਾਰ ਬੈਠੇ ਨੇ, ਪੰਜ ਚੋਰ ਬੈਠੇ ਨੇ ਭਾਈ, ਰੋਗ ਇਹਨਾਂ ਤੋਂ ਸ਼ੁਰੂ ਹੁੰਦੇ ਨੇ। ਇਹ ਸਾਡੇ ਮਨ ਦੇ ਰੋਗ ਨੇ। ਮਨ ਨੂੰ ਰੋਗ ਲੱਗਿਆ ਪਾਤਸ਼ਾਹ ਜੀ ਕਹਿੰਦੇ ਕਾਮ ਦਾ, ਮਨ ਨੂੰ ਰੋਗ ਲੱਗਿਆ ਸਤਿਗੁਰੂ ਜੀ ਕਹਿੰਦੇ ਕ੍ਰੋਧ ਦਾ, ਮਨ ਨੂੰ ਰੋਗ ਲੱਗਿਆ ਲੋਭ ਦਾ ਮੋਹ ਦਾ ਅਤੇ ਹੰਕਾਰ ਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਨ ਦੇ ਰੋਗ ਨੇ, ਇਹਨਾਂ ਰੋਗਾਂ ਦੇ ਵਿੱਚ ਸਾਰਾ ਸੰਸਾਰ ਰੋਗੀ ਹੈ, ਇਹਨਾਂ ਰੋਗਾਂ ਦੇ ਵਿੱਚ ਸਾਰਾ ਸੰਸਾਰ ਰੋਗੀ ਹੋਇਆ ਬੈਠਾ। ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਪਾਤਸ਼ਾਹ ਜੀ ਕਹਿੰਦੇ ਸਾਰਾ ਸੰਸਾਰ ਰੋਗੀ ਹੈ, ਜਿਹਨੂੰ ਵੀ ਦੇਖੋਗੇ ਪਾਤਸ਼ਾਹ ਜੀ ਕਹਿੰਦੇ ਉਹੀ ਰੋਗੀ ਹੈ। ਸਤਿਗੁਰੂ ਜੀ ਕਹਿੰਦੇ ਇੱਕ ਰੋਗ ਤੋਂ ਰਹਿਤ ਹੈ ਉਹ ਹੈ ਸਤਿਗੁਰ, ਬਾਕੀ ਸਾਰਾ ਸੰਸਾਰ ਰੋਗੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਰੋਗ ਤੋਂ ਰਹਿਤ ਤਾਂ ਸਤਿਗੁਰੂ ਹੀ ਹੈ, ਬਾਕੀ ਜਿੰਨਾ ਵੀ ਸੰਸਾਰ ਹੈ ਹਰੇਕ ਨੂੰ ਇੱਕ ਇੱਕ ਰੋਗ, ਪੰਜ ਰੋਗ ਲੱਗੇ। ਮੇਰੇ ਕੋਲ ਸਮਾਂ ਨਹੀਂ ਆਪਾਂ ਇਸ ਵਿਚਾਰ ਨੂੰ ਅੱਗੇ ਖੋਲ ਸਕੀਏ ਕਿ ਕਿਹੜੇ ਕਿਹੜੇ ਜੀਵ ਦੀਆਂ ਉਦਾਹਰਨਾਂ ਪਾਤਸ਼ਾਹ ਜੀ ਨੇ ਦਿੱਤੀਆਂ ਨੇ। ਜਿਵੇਂ ਹਿਰਨ ਨੂੰ ਰੋਗ ਲੱਗਾ ਪਾਤਸ਼ਾਹ ਜੀ ਕਹਿੰਦੇ ਕੰਨਾਂ ਦਾ, ਮਹਾਰਾਜ ਗੁਰਬਾਣੀ 'ਚ ਫਰਮਾਨ ਕਰਦੇ ਮੱਛੀ ਨੂੰ ਰੋਗ ਲੱਗਾ ਹੈ ਜੀਵਾਂ ਦੇ ਸਵਾਦ ਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੋਰੇ ਨੂੰ ਰੋਗ ਲੱਗਾ ਹੈ ਸੁਗੰਧੀ ਦਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਰਬਾਣੀ 'ਚ ਪੰਜ ਉਦਾਹਰਨਾਂ ਦਿੱਤੀਆਂ, ਇਹਨਾਂ ਨੂੰ ਇੱਕ ਇੱਕ ਰੋਗ ਲੱਗਾ ਹੈ, ਇੱਕ ਇੱਕ ਰੋਗ ਦੇ ਕਰਕੇ ਇਹਨਾਂ ਦਾ ਜੀਵਨ ਸਮਾਪਤ ਹੋ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਬੰਦਿਆ ਤੈਨੂੰ ਤਾਂ ਪੰਜ ਰੋਗ ਲੱਗੇ, ਤੇਰਾ ਕੀ ਬਣੇਗਾ। ਉਹਨਾਂ ਨੂੰ ਇੱਕ ਇੱਕ ਰੋਗ ਹੈ, ਹਿਰਨ ਨੂੰ ਇੱਕ ਰੋਗ ਹੈ ਸਿਰਫ ਕੰਨ ਰਸ ਦਾ, ਕੰਨ ਦੇ ਰਸ ਵਿੱਚ ਇੰਨਾ ਜ਼ਿਆਦਾ ਮਸਤ ਹੋ ਜਾਂਦਾ ਹੈ ਕਿ ਜਦੋਂ ਸ਼ਿਕਾਰੀ ਉਹਦਾ ਸ਼ਿਕਾਰ ਕਰਨ ਆਉਂਦਾ ਇੰਨਾ ਜ਼ਿਆਦਾ ਉਹਨੂੰ ਆਪਣੇ ਘੰਡੇ ਹੇੜੇ ਦੀ ਆਵਾਜ਼ 'ਚ ਮਸਤ ਕਰ ਲੈਂਦਾ ਹੈ
ਆਪਣੇ ਆਪ ਦਾ ਚੇਤਾ ਭੁੱਲ ਕੇ ਉਸ ਨਾਚ ਦੇ ਵਿੱਚ ਉਸ ਆਵਾਜ਼ ਦੇ ਵਿੱਚ ਚੇਤਾ ਭੁੱਲ ਜਾਂਦਾ ਹੈ, ਸ਼ਿਕਾਰੀ ਆਣ ਕੇ ਪਕੜ ਲੈਂਦਾ ਉਹਨੂੰ, ਖਤਮ ਹੋ ਜਾਂਦਾ ਜੀਵਨ ਉਹਦਾ। ਮੱਛੀ ਦੀ ਜੇ ਆਪਾਂ ਜੇ ਉਦਾਹਰਣ ਲਈਏ ਉਹਦੀ ਹਾਲਤ ਦੇਖਾਂਗੇ, ਗੁਰਮੁਖ ਮੱਛੀ ਨੂੰ ਪਕੜਨ ਵਾਸਤੇ ਜਾਲ ਲਾਇਆ ਜਾਂਦਾ ਪਾਣੀ ਵਿੱਚ, ਅਤੇ ਜੀਵਾ ਦੇ ਸਵਾਦ ਦੇ ਰਸ ਵਿੱਚ ਉਹ ਕੀ ਕਰਦੀ ਹੈ, ਕੁੰਡੀ ਨੂੰ ਆਪਣੇ ਜਾ ਮੂੰਹ 'ਚ ਫਸਾ ਲੈਂਦੀ ਹੈ ਅਤੇ ਆਪਣਾ ਜੀਵਨ ਸਮਾਪਤ ਕਰ ਲੈਂਦੀ ਹੈ। ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਨੇ ਗਿਆਨ ਦਿੱਤਾ, ਭੌਰਾ ਸੁਗੰਧੀ ਦੇ ਵੱਸ ਹੋ ਕੇ ਫੁੱਲ ਦੇ ਉੱਪਰ ਜਾ ਕੇ ਬੈਠਦਾ ਹੈ, ਉਹ ਸੁਗੰਧੀ ਦੇ ਵਿੱਚ ਇੰਨਾ ਕੁ ਮਸਤ ਆਪਣੇ ਆਪ ਨੂੰ ਕਰ ਲੈਂਦਾ ਕਿ ਆਪਣੇ ਆਪ ਨੂੰ ਉਡਾਉਣ ਦਾ ਵੀ ਚੇਤਾ ਭੁੱਲ ਜਾਂਦਾ। ਸ਼ਾਮ ਨੂੰ ਫੁੱਲ ਆਪਣੀਆਂ ਪੰਖੜੀਆਂ ਬੰਦ ਕਰਦਾ, ਵਿੱਚ ਹੀ ਬੰਦ ਹੋ ਜਾਂਦਾ, ਮੌਤ ਹੋ ਗਈ। ਪਤੰਗੇ ਨੂੰ ਪਾਤਸ਼ਾਹ ਜੀ ਕਹਿੰਦੇ ਇਹਨਾਂ ਅੱਖਾਂ ਨੂੰ ਦੇਖਣ ਦਾ ਰੋਗ ਹੈ, ਰੂਪ ਨੂੰ ਦੇਖਣ ਦਾ ਰੋਗ ਲੱਗਾ ਪਤੰਗੇ ਨੂੰ ਪਾਤਸ਼ਾਹ ਜੀ ਕਹਿੰਦੇ। ਜਦੋਂ ਲਾਈਟ ਚੱਲਦੀ ਨਾ ਆਪਾਂ ਦੇਖਦੇ ਹਾਂ ਅਤੇ ਪਤੰਗੇ ਬੜੀ ਛੇਤੀ ਲਾਈਟ ਵੱਲ ਚਾਨਣ ਵੱਲ ਭੱਜ ਭੱਜ ਕੇ ਜਾਂਦੇ ਨੇ, ਜਦੋਂ ਲੱਗ ਜਾਂਦੇ ਨੇ ਲਾਈਟ ਗਰਮ ਹੁੰਦੀ ਹੈ, ਸਾੜ ਦਿੰਦੀ ਹੈ, ਖਤਮ ਹੋ ਗਿਆ। ਸਤਿਗੁਰੂ ਜੀ ਨੇ ਗੁਰਬਾਣੀ 'ਚ ਉਦਾਹਰਣ ਦਿੱਤੀਆਂ ਹਾਥੀ ਦੀ, ਉਹਨੂੰ ਸਪਰਸ਼ ਦਾ ਰੋਗ ਹੈ, ਸਪਰਸ਼ ਦੇ ਰੋਗ ਦੇ ਵਸਦੇ ਕਾਮ ਦੇ ਵੱਸ ਹੋ ਕੇ, ਉਹ ਸਪਰਸ਼ ਦੇ ਰੋਗ ਦੇ ਵੱਸ ਹੋ ਕੇ ਆਪਣਾ ਜੀਵਨ ਸਮਾਪਤ ਕਰਾ ਲੈਂਦਾ, ਉਹਨਾਂ ਜੀਵਾਂ ਦੇ ਵੱਸ ਪੈ ਜਾਂਦੇ, ਜੋ ਮਰਜ਼ੀ ਉਹਦੇ ਤੋਂ ਕਰਵਾਈ ਜਾਂਦੇ ਆ। ਇਸ ਤਰ੍ਹਾਂ ਹੀ ਸਾਡਾ ਮਨ ਪਾਤਸ਼ਾਹ ਜੀ ਕਹਿੰਦੇ ਰੋਗੀ ਹੋਇਆ ਬੈਠਾ ਹੈ। ਇਸ ਕਰਕੇ ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰਦੇ, ਮ੍ਰਿਗ ਮੀਨ ਭਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਰੋਗ ਅਸਾਧ ਜਾਮੈ ਤਾਂ ਕਿ ਕਿਤਕ ਆਸ। ਸਾਡੀ ਕਿੱਥੇ ਆਸ ਹੈ ਪਾਤਸ਼ਾਹ ਜੀ ਕਹਿੰਦੇ, ਪੰਜ ਰੋਗ ਨੇ ਸਾਡੇ ਵਿੱਚ, ਉਹਨਾਂ ਨੂੰ ਇੱਕ ਇੱਕ ਲੱਗਾ, ਸਾਨੂੰ ਪੰਜੇ ਲੱਗੇ ਆ। ਅੱਖਾਂ ਨੂੰ ਵੀ ਰੋਗ ਲੱਗਾ ਰੂਪ ਨੂੰ ਦੇਖਣ ਦਾ, ਕੰਨਾਂ ਨੂੰ ਵੀ ਰੋਗ ਲੱਗਾ ਪਾਤਸ਼ਾਹ ਜੀ ਕਹਿੰਦੇ ਨਿੰਦਿਆ ਸੁਣਨ ਦਾ, ਜੀਵਾਂ ਨੂੰ ਵੀ ਰੋਗ ਲੱਗਾ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਪਦਾਰਥਾਂ ਦੇ ਰਸ ਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਮੜੀ ਨੂੰ ਰੋਗ ਲੱਗਾ ਸਪਰਸ਼ ਦਾ। ਵੇਖੋ ਇਹ ਰੋਗ ਨੇ ਸਾਡੇ ਸਾਰੇ ਮਨ ਦੇ, ਅਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਕਿ ਭਾਈ ਇਹ ਰੋਗ ਤਾਂ ਹੀ ਲੱਗੇ ਨੇ ਕਿਉਂਕਿ ਉਸ ਪਰਮੇਸ਼ਰ ਦਾ ਚੇਤਾ ਅਸੀਂ ਭੁੱਲ ਗਏ ਹਾਂ, ਪਰਮੇਸ਼ਰ ਤੇ ਭੁੱਲੇ ਹਾਂ ਵਿਆਪਨ ਸਭੇ ਰੋਗ। ਸਾਰੇ ਰੋਗ ਇਸ ਕਰਕੇ ਲੱਗੇ ਨੇ ਕਿਉਂਕਿ ਪਰਮੇਸ਼ਰ ਨੂੰ ਭੁੱਲ ਗਏ, ਅਤੇ ਜੇ ਅਸੀਂ ਇਹਨਾਂ ਰੋਗਾਂ ਦਾ ਇਲਾਜ ਚਾਹੁੰਦੇ ਹਾਂ ਤੇ ਸਤਿਗੁਰੂ ਜੀ ਨੇ ਗੁਰਬਾਣੀ 'ਚ ਸਮਝਾਉਣਾ ਕੀਤਾ, ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਜੇ ਭਾਈ ਇਸ ਰਸਨਾ ਦੇ ਨਾਲ ਅਸੀਂ ਨਾਮ ਜਪਣਾ ਸ਼ੁਰੂ ਕਰਤਾ ਤੇ ਗੁਰਮੁਖੋ ਤਨ ਦੇ ਰੋਗਾਂ ਦਾ ਤਾਂ ਇਲਾਜ ਹੋਏਗਾ ਹੀ, ਨਾਲ ਮਨ ਦੇ ਰੋਗਾਂ ਦਾ ਵੀ ਇਲਾਜ ਹੋਏਗਾ। ਤਨ ਦੇ ਰੋਗਾਂ ਦਾ ਇਲਾਜ ਡਾਕਟਰ ਤਾਂ ਕਰ ਦਿੰਦਾ ਪਰ ਮਨ ਦੇ ਰੋਗਾਂ ਦਾ ਇਲਾਜ ਡਾਕਟਰ ਨਹੀਂ ਕਰ ਸਕੇਗਾ। ਇਸ ਕਰਕੇ ਨਾਮ ਦੇ ਨਾਲ, ਜਦੋਂ ਇਸ ਰਸਨਾ ਦੇ ਨਾਲ ਨਾਮ ਅਸੀਂ ਜਪਣਾ ਸ਼ੁਰੂ ਕਰ ਦਿੱਤਾ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਸਾਰੇ ਰੋਗਾਂ ਦਾ ਇਲਾਜ ਹੈ ਨਾਮ। ਸੰਸਾਰ ਰੋਗੀ ਨਾਮ ਦਾਰੂ, ਨਾਮ ਦਾਰੂ ਹੈ ਪਾਤਸ਼ਾਹ ਕਹਿੰਦੇ, ਮੈਲ ਲੱਗ ਗਏ ਸੱਚ ਬਿਨਾਂ। ਇਸ ਕਰਕੇ ਸਤਿਗੁਰੂ ਜੀ ਸੱਚ ਦਾ ਸਾਨੂੰ ਗਿਆਨ ਦੇ ਰਹੇ, ਸੱਚ ਦਾ ਭੇਤ ਬਖਸ਼ਿਸ਼ ਕਰ ਰਹੇ। ਅੱਗੇ ਸਤਿਗੁਰੂ ਜੀ ਨੇ ਕੱਤਕ ਦੇ ਮਹੀਨੇ 'ਚ ਉਪਦੇਸ਼ ਬਖਸ਼ਿਸ਼ ਕੀਤਾ, ਭਾਈ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜੇ ਅਸੀਂ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਤੋਂ ਵੇਮੁਖ ਹੋਏ ਰਹੇ ਭਾਈ, ਫਿਰ ਜਨਮ ਮਰਨ ਦਾ ਵਿਯੋਗ ਲੱਗਿਆ ਰਹਿਣਾ ਜੀ। ਪਹਿਲਾਂ ਵੀ ਆਪਾਂ ਜਨਮ ਮਰਨ ਵਿੱਚ ਗੁਰਮੁਖ ਹੋ ਆ ਰਹੇ, ਪਹਿਲਾਂ ਵੀ ਬੜੇ ਯੁੱਗ ਹੋ ਗਏ ਪਾਤਸ਼ਾਹ ਜੀ ਕਹਿੰਦੇ ਹਾਰਦੇ ਆ ਰਹੇ ਹਾਂ, ਜਨਮ ਲੈਂਦੇ ਆ ਰਹੇ ਹਾਂ ਅਤੇ ਮਰਦੇ ਆ ਰਹੇ ਹਾਂ। ਹੁਣ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਮਾਨਸ ਦੇਹੀ ਦਿੱਤੀ, ਪਰ ਹੁਣ ਫਿਰ ਵੇਮੁਖ ਹੋਏ ਬੈਠੇ ਮਾਲਕ ਤੋਂ, ਫਿਰ ਨਾਮ ਨਹੀਂ ਜਪਦੇ, ਫਿਰ ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਪਹਿਲਾਂ ਵੀ ਭਾਈ ਤੈਨੂੰ ਬੜੇ ਯੁੱਗ ਹੋ ਗਏ ਫਿਰਦੇ ਆ, ਹੁਣ ਮਾੜਾ ਜਿਹਾ ਧਿਆਨ ਨਾਲ ਚੱਲੀ, ਹੁਣ ਫਿਰ ਨਾ ਕਿਤੇ ਹਾਰ ਜਾਈ। ਹਾਰ ਰਹੇ ਵਾਰ ਵਾਰ ਜੀਵਨ ਦੀ ਬਾਜੀ, ਆਪਾਂ ਪਤਾ ਨਹੀਂ ਕਿੰਨੀ ਕੁ ਵਾਰੀ ਪਹਿਲਾਂ ਪਾਤਸ਼ਾਹ ਜੀ ਕਹਿੰਦੇ ਆ ਚੁੱਕੇ ਹਾਂ। ਸਤਿਗੁਰੂ ਜੀ ਗੁਰਬਾਣੀ 'ਚ ਫਰਮਾਨ ਕਰਦੇ ਹਨ ਕਿ ਕਿੰਨੇ ਕੁ ਯੁੱਗ ਹੋ ਗਏ, ਪਾਤਸ਼ਾਹ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਭਾਈ ਹੁਣ ਮਿਲਣ ਦੀ ਵਾਰੀ ਮਿਲੀ, ਹੁਣ ਕਿਉਂ ਨਹੀਂ ਸਿਮਰਨ ਕਰਦਾ, ਇਹ ਵਾਰੀ ਮਿਲਣ ਵਾਸਤੇ ਮਿਲੀ ਹੈ ਨਾ। ਸਤਿਗੁਰੂ ਜੀ ਤਾਂ ਵਾਰ ਵਾਰ ਦੱਸ ਰਹੇ, ਰੋਜ਼ ਦੱਸ ਰਹੇ, ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ
ਕੇਵਲ ਨਾਮ ਭਾਈ ਸੰਗਤ ਵਿੱਚ ਬੈਠ ਕੇ ਕੇਵਲ ਨਾਮ ਜਪ, ਪਰ ਇਹ ਮਨ ਇੰਨਾ ਮੂਰਖ ਹੋ ਗਿਆ, ਇਹਨੂੰ ਸਮਝ ਨਹੀਂ ਆ ਰਹੀ। ਪੱਥਰ ਹੋ ਗਿਆ ਨਾ ਮਨ ਸਾਡਾ, ਜਿਵੇਂ ਪੱਥਰ ਨੂੰ ਆਪਾਂ ਵੇਖੀਏ ਗਰਮ ਅੱਖੋ ਪਾਣੀ ਵਿੱਚ ਰੱਖੀਏ ਤੇ ਕੋਈ ਅਸਰ ਨਹੀਂ ਹੁੰਦਾ ਉਹਨੂੰ, ਇਸ ਤਰ੍ਹਾਂ ਹੀ ਸਾਡੇ ਮਨ ਪੱਥਰ ਹੋ ਗਏ। ਬਾਣੀ ਨੂੰ ਪੜ੍ਹਦੇ ਵੀ ਹਾਂ, ਗੁਰਬਾਣੀ ਦੀ ਕਥਾ ਵਿਚਾਰ ਸੁਣਦੇ ਵੀ ਹਾਂ, ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਵੀ ਹਾਂ, ਕਰਾਉਂਦੇ ਵੀ ਹਾਂ, ਪਰ ਗੁਰਮੁਖ ਇਸ ਮਨ ਪੱਥਰ ਦੇ ਉੱਤੇ ਅਸਰ ਨਹੀਂ ਹੁੰਦਾ ਕੋਈ। ਕਿਉਂਕਿ ਪਾਤਸ਼ਾਹ ਜੀ ਸਮਝਾਉਣਾ ਕਰਦੇ, ਮਨਮੁਖ ਪੱਥਰ ਸੈਲ ਹੈ, ਮਨਮੁਖ ਬਣ ਗਏ ਪਾਤਸ਼ਾਹ ਜੀ ਕਹਿੰਦੇ, ਜੀਵਨ ਸਾਡਾ ਪੱਥਰ ਦੀ ਨਿਆਈ ਹੋ ਗਿਆ, ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ, ਜਲਮ ਹੈ ਜੇਤਾ ਰਾਖੀਐ ਅਬ ਅੰਤਰ ਸੁੱਕਾ। ਉਹਦਾ ਅੰਦਰ ਪਾਤਸ਼ਾਹ ਜੀ ਕਹਿੰਦੇ ਸੁੱਕੇ ਦਾ ਸੁੱਕਾ ਰਹਿ ਜਾਂਦਾ, ਭਜਦਾ ਨਹੀਂ। ਹਰ ਰੋਜ਼ ਬਾਣੀ ਗੁਰਮੁਖੋ ਬਚਨ ਪਾਤਸ਼ਾਹ ਜੀ ਦੇ ਪੜ੍ਹਦੇ ਹਾਂ, ਹਰ ਰੋਜ਼ ਸਰਵਣ ਕਰਦੇ ਹਾਂ, ਹਰ ਰੋਜ਼ ਗੁਰੂ ਘਰ ਆਉਂਦੇ ਹਾਂ, ਹਰ ਰੋਜ਼ ਸੇਵਾ ਕਰਦੇ ਹਾਂ, ਪਰ ਗੁਰਮੁਖੋ ਉਹ ਮਨ ਦੇ ਵਿੱਚ ਫਰਕ ਨਹੀਂ ਪੈ ਰਿਹਾ ਸਾਡੇ, ਉਹ ਅਸਰ ਨਹੀਂ ਕਰ ਰਹੀ ਬਾਣੀ ਸਾਡੇ ਉੱਤੇ। ਕਿਉਂ? ਕਿਉਂਕਿ ਜਿਹਦੇ ਉੱਤੇ ਅਸਰ ਬਾਣੀ ਨੇ ਕਰਨਾ ਉਹ ਪਹਿਲਾਂ ਹੀ ਪਾਸੇ ਭੱਜ ਜਾਂਦਾ। ਹੁਣ ਬਾਣੀ ਨੇ ਗੁਰਮੁਖੋ ਅਸਰ ਤਾਂ ਮਨ ਦੇ ਉੱਤੇ ਕਰਨਾ ਨਾ, ਮਨ ਦੇ ਉੱਤੇ ਗੁਰਬਾਣੀ ਦੇ ਬਚਨਾਂ ਦਾ ਅਸਰ ਹੋਣਾ ਹੈ, ਤੇ ਜਿਹੜੇ ਮਨ ਦੇ ਉੱਤੇ ਗੁਰਬਾਣੀ ਦੇ ਬਚਨਾਂ ਦਾ ਅਸਰ ਹੋਣਾ, ਉਹ ਮਨ ਗੁਰਮੁਖ ਪਹਿਲਾਂ ਹੀ ਪਾਸੇ ਭੱਜ ਜਾਂਦਾ, ਸੋਚਾਂ ਵਿੱਚ ਵਿਚਾਰਾਂ 'ਚ ਫਿਰਨਾਂ 'ਚ ਭੱਜਿਆ ਫਿਰਦਾ, ਅਸਰ ਕਿਵੇਂ ਹੋਵੇਗਾ ਉਹਦੇ 'ਤੇ? ਇਸ ਕਰਕੇ ਪਹਿਲਾਂ ਗਿਆਨ ਗੁਰੂ ਤੋਂ ਲੈ ਕੇ, ਮਤ ਲੈ ਕੇ ਇਸ ਮਨ ਨੂੰ ਟਿਕਾਉਣ ਦੀ ਜੁਗਤੀ ਸਿੱਖਣੀ ਪੈਣੀ ਕਿ ਇਸ ਮਨ ਨੂੰ ਕਿਵੇਂ ਟਿਕਾਈਏ, ਟਿਕਾ ਕੇ ਇਸ ਮਨ ਦੇ ਉੱਤੇ ਗੁਰੂ ਦੇ ਬਚਨਾਂ ਦਾ ਅਸਰ ਕਿਵੇਂ ਹੋਵੇ, ਗੁਰਬਾਣੀ ਗੁਰੂ ਦਾ ਅਸਰ ਕਿਵੇਂ ਹੋਵੇਗਾ, ਸਤਿਗੁਰੂ ਜੀ ਨੇ ਤਰੀਕਾ ਦੱਸਿਆ ਭਾਈ ਇਹਨੂੰ ਟਿਕਾਉਣਾ ਕਿਵੇਂ ਆ, ਇਸ ਮਨ ਨੂੰ ਥਿਰ ਕਿਵੇਂ ਕਰਨਾ ਹੈ। ਸਤਿਗੁਰੂ ਨੇ ਗੁਰਬਾਣੀ 'ਚ ਗਿਆਨ ਬਖਸ਼ਿਸ਼ ਕੀਤਾ, ਪਾਤਸ਼ਾਹ ਜੀ ਕਹਿੰਦੇ, ਜਿਉਂ ਮੰਦਰ ਕੋ ਤਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਭਾਈ ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਟਿਕਾ ਸਕਦਾ, ਤੂੰ ਵੱਸ ਵਿੱਚ ਕਰ ਸਕਦਾ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਅਗਲੀ ਪੰਗਤੀ 'ਚ ਸਾਨੂੰ ਸਮਝਾਉਣਾ ਕੀਤਾ, ਭਾਈ ਬੇਮੁੱਖ ਨਾ ਹੋਇਆ ਰਵੀਂ ਕਿਤੇ ਵਾਹਿਗੁਰੂ ਤੋਂ, ਪਰਮਾਤਮਾ ਤੋਂ ਬੇਮੁੱਖ ਹੋ ਕੇ ਤੈਨੂੰ ਜਨਮ ਤੇ ਮਰਨ ਦਾ ਵਿਯੋਗ ਲੱਗ ਜਾਣਾ, ਕਿਉਂਕਿ ਪਹਿਲਾਂ ਵੀ ਬੜੇ ਯੁੱਗ ਹੋ ਗਏ ਤੈਨੂੰ ਫਿਰਦਿਆਂ ਤੇ ਹਾਰਦਿਆਂ। ਸਤਿਗੁਰੂ ਜੀ ਸਮਝਾਉਣਾ ਕਰਦੇ ਅਗਲੀ ਪੰਗਤੀ 'ਚ, ਖਿੰਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇਹ ਭਾਈ ਜਿਹੜੇ ਮਾਇਆ ਦੇ ਪਦਾਰਥਾਂ ਦਾ ਰਸ ਤੋਂ ਲੈ ਰਿਹਾ ਨਾ, ਆਨੰਦ ਲੈ ਰਿਹਾ, ਮਾਇਆ ਦੇ ਪਦਾਰਥਾਂ ਦਾ ਰਸ ਹੀ ਪਾਤਸ਼ਾਹ ਜੀ ਕਹਿੰਦੇ ਬੜਾ ਮਿੱਠਾ ਲੱਗਦਾ ਆ, ਇਹ ਮਿੱਠਾ ਕਰਕੇ ਖਾ ਰਿਹਾ। ਹਰੇਕ ਪਦਾਰਥ ਨੂੰ ਜੀਵ ਮਿੱਠਾ ਕਰਕੇ ਖਾ ਰਿਹਾ ਸੰਸਾਰ ਵਿੱਚ, ਕਿਉਂਕਿ ਮਾਇਆ ਦਾ ਰਸ ਹੀ ਇੰਨਾ ਆ ਚੁੱਕਾ। ਤੇ ਪਾਤਸ਼ਾਹ ਜੀ ਨੇ ਗਿਆਨ ਦਿੱਤਾ ਕਿ ਭਾਈ ਜਿੰਨੇ ਵੀ ਸੰਸਾਰ ਦੇ ਪਦਾਰਥਾਂ ਦਾ ਮਾਇਆ ਦਾ ਰਸ ਤੂੰ ਲੈ ਰਿਹਾ ਹੈ, ਜਦੋਂ ਵਾਹਿਗੁਰੂ ਦਾ ਹੁਕਮ ਆ ਗਿਆ ਨਿਰੰਕਾਰ ਦਾ, ਇੱਕ ਖਿੰਨ ਵਿੱਚ ਸਾਰੇ ਕੌੜੇ ਹੋ ਜਾਣੇ ਆ। ਖਿੰਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਬੰਦਾ ਸੰਸਾਰ ਦੇ ਪਦਾਰਥਾਂ ਦਾ ਆਨੰਦ ਲੈਂਦਾ, ਭੋਗਦਾ ਇਹਨਾਂ ਨੂੰ, ਤੇ ਗੁਰਮੁਖੋ ਹੌਲੀ ਹੌਲੀ ਭੋਗਦਿਆਂ ਭੋਗਦਿਆਂ ਆ ਦੰਦ ਵੀ ਹੌਲੀ ਹੌਲੀ ਸਾਹ ਛੱਡ ਜਾਂਦੇ ਆ, ਹੌਲੀ ਹੌਲੀ ਇਹ ਅੱਖਾਂ ਵੀ ਬੰਦੇ ਦਾ ਸਾਹ ਛੱਡਣ ਲੱਗ ਪੈਂਦੀਆਂ ਨੇ, ਹੌਲੀ ਹੌਲੀ ਇਹ ਕੰਨ ਵੀ ਬੰਦੇ ਦਾ ਸਾਹ ਛੱਡਣ ਲੱਗ ਪੈਂਦੇ ਹੈ। ਜਿਵੇਂ ਜਿਵੇਂ ਬੰਦਾ 50-60-70 ਸਾਲ ਦੀ ਉਮਰ 'ਚ ਜਾਂਦਾ ਨਾ, ਤੇ ਆਪਾਂ ਦੇਖਦੇ ਹਾਂ ਵੀ ਇਹ ਦੰਦ ਸਾਹ ਛੱਡਣ ਲੱਗ ਪੈਂਦੇ ਹੈ, ਅੱਖਾਂ ਇਹ ਵੀ ਸਾਹ ਛੱਡਣ ਲੱਗ ਪੈਂਦੀਆਂ ਨੇ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ 'ਚ ਗਿਆਨ ਬਖਸ਼ਿਸ਼ ਕੀਤਾ ਕਿ ਭਾਈ ਇਹ ਸਰੀਰ ਜਿਹੜਾ ਹੈ ਮਾਇਆ ਦਾ ਪੁਤਲਾ ਹੈ, ਜਿਵੇਂ ਜਿਵੇਂ ਤੁਸੀਂ ਸੰਸਾਰ ਵਿੱਚ ਵਿਚਰਦੇ ਜਾਓਗੇ, ਉਮਰ ਬੀਤਦੀ ਜਾਏਗੀ, ਹੌਲੀ ਹੌਲੀ ਇਹ ਸਰੀਰ ਬੰਦੇ ਦਾ ਸਾਥ ਜਿਹੜਾ ਹੈ ਉਹ ਛੱਡਦਾ ਜਾਂਦਾ ਹੈ। ਭਾਵ ਸਤਿਗੁਰੂ ਜੀ ਦੀ ਬਾਣੀ ਦੇ ਜੋ ਬਚਨ ਹਨ, ਖਿੰਨ ਮੈਂ ਕੌੜੇ ਹੋਏ ਗਏ, ਇਹ ਕੌੜੇ ਹੋਈ ਜਾਂਦੇ ਨੇ ਪਦਾਰਥ, ਇਹ ਰਸ ਜਿਹੜਾ ਮਿੱਠਾ ਲੱਗਦਾ ਸੀ, ਹੌਲੀ ਹੌਲੀ ਇਹ ਰਸਾਂ ਦਾ ਪਦਾਰਥ ਜਿਹੜੇ ਨੇ ਇਹ ਗੁਰਮੁਖ ਹੌਲੀ ਹੌਲੀ ਕੌੜੇ ਹੁੰਦੇ ਜਾਂਦੇ। ਦੇਖਦੇ ਨਾ ਬੰਦਾ ਮਿੱਠਾ ਖਾਣ ਦਾ ਸ਼ੌਕੀਨ ਆ, ਤੇ ਜਦੋਂ ਬੰਦੇ ਨੂੰ ਸ਼ੂਗਰ ਹੋ ਜਾਂਦੀ, ਕਹਿੰਦਾ ਭਾਈ ਮਿੱਠਾ ਨਹੀਂ ਖਾਣਾ, ਇਹ ਮਿੱਠਾ ਛੱਡ ਹੀ ਆਉਣਾ, ਕਿਉਂਕਿ ਇਹ ਜ਼ਹਿਰ ਬਣ ਗਿਆ, ਜੇ ਖਾਏਗਾ ਉਹਦੇ ਨਾਲ ਮੌਤ ਵੀ ਹੋ ਸਕਦੀ ਹੈ, ਜ਼ਹਿਰ ਬਣ ਗਿਆ। ਇਹਦਾ ਭਾਵ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਜਿਹੜੇ ਨੇ ਬਿਲਕੁਲ ਸੱਚ ਨੇ, ਜੋ ਪਾਤਸ਼ਾਹ ਜੀ ਗੁਰਬਾਣੀ 'ਚ ਕਹਿ ਰਹੇ ਨੇ, ਖਿੰਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਭਾਈ ਇਹਨਾਂ ਦੇ ਵਿੱਚੋਂ ਰਸ ਲੈਣ ਦੀ ਕੋਸ਼ਿਸ਼ ਨਾ ਕਰ, ਰਸ ਲੈ ਵਾਹਿਗੁਰੂ ਦੇ ਨਾਮ ਵਿੱਚੋਂ।
उस नाम विचो रस की प्राप्ति कर, क्योंकि सतगुरु जी ने गुरबाणी च फरमान किया कि जदों फिर बंदा ये संसार के पदार्थों चो रस लैंदा है, जदों ये रस कौड़े लगन लग पैंदे हन, फिर बंदा रोंदा आ, फिर रोंदा है इंसान कि मैं की कर्म कर्म कर बैठा, मैनू किहड़े कर्मां दी सजा मिली है, किहड़े कर्मां दा मैनू फल मिलिया है, रोंदा है। पर सतगुरु पातशाह जी कहिंदे उस वेले कोई भी कुछ नहीं कर सकदा, विच ना कोई कर सकै, किस थै रोवै रोज, रोज बंदा रोंदा है। आपां देखदे आ कि इंसान पहला कर्म करदा है, जदों परमात्मा उन्हां कर्मां दा फल दिंदा है फिर बंदा रोंदा, फिर वराग करता, फिर रोंदा। अज देख रहे हैं आप हस्पतालों के की हालत हो रही जीवन की, क्योंकि पाप कर रहा है एक जीव इंसान, नाम तो बिना जिन्ने भी कर्म कर रहे जे। सतगुरु जी की बाणी कहती भाई ये पाप है, तो जे पाप करोगे फिर हालत की होएगी। पातशाह जी ने समझौना किया गुरबाणी में, पापी कर्म कमाम दे कर दे, हाए हाए नानक जो मतन माधाणिया त्यों मथे धर्म राय। ज्ञान दिन की पातशाह की बाणी भाई इतने भी हाए हाए होवेगी, तो गांह जो जाओगे ना उत्थे भी धर्म राय ने सजा देनी है। इस करके ध्यान नाल कर्म करिया जे संसार च। पातशाह जी ने समझौना किया गुरबाणी च ज्ञान सानू बख्शिश कर रहे इस कत्तक दे महीने विच। सतगुरु जी कहिंदे फिर जदों इंसान चीकां मारदा रोंदा है ना, फिर कोई भी लागे नहीं आउंदा। पातशाह जी कहिंदे विच ना कोई कर सकै, कोई भी कुछ नहीं कर सकता, फिर किस थै रोवै रोज, फिर हर रोज बंदा रोंदा है, रोज विराग करदा है, रोज चीकां मारदा है, कोई पातशाह जी कहिंदे उहनूं छड़ा नहीं सकदा, कोई उहदा रोग उहदा दुख मना नहीं सकदा, क्योंकि उहने पाप किते कर्म किते है। इस करके सतगुरु जी गुरबाणी च ज्ञान दे रहे, कीता किछु ना होवै लिखिया तुर संजोग। भाई ये किसी का किया नहीं है, परमात्मा ने संजोग ही योजा लिख के भेजे जीव का। पर संजोग गुरमुखो असी भी कोशिश करनी होंगी, कर्म असी भी कोशिश करनी भी निर्मल कर्म बनाने की कोशिश करिए, क्योंकि ये जड़े सानू दुख मिले, ये जो सानू रोग मिले, ये पुरबले कर्मों का फल मिल गया, जो हुण कर्म असी करांगे इन्हों का भी फल सानू गांह मिलना। इस करके कोशिश करिए कि निर्मल कर्म असी बनाईए। सतगुरु जी ने गुरबाणी च ज्ञान दिता कि भाई एक तरीका है इन्हां रोगां तो बचण दा, ज्ञान दे रहे सतगुरु पातशाह जी, वडभागी मेरा प्रभ मिलै तां उतरै सब बियोग। जे किते वाहिगुरु जी की कृपा हो जाए, वड्डे भाग साडे बन जाण, प्रभु परमात्मा की प्राप्ति सानू गुरमुख हो जाए, वडभागी मेरा प्रभ मिलै तां उतरै सब वियोग। भाई ये सारिया मुश्किलों का हल हो जाएगा, ये रोग भाई सारे खत्म हो जाएंगे, क्योंकि एको एक वैद वो सच पिता परमात्मा निरंकार है, जिहड़ा सारे रोगों का दारू जानता है, जिहदे कोल सारे रोगों का दारू है तेरे। इस करके सतगुरु जी समझाउणा कर रहे, नानक को प्रभ राख ले मेरे साहेब बंदी मोच। बेनती कर रहे पातशाह जी कि साढ़े ते भी कृपा करके सानू रख लो, कृपा रहमत करके जेडे बंदी खाने ते साडा मन बंद हो चुका है, इस बंदी खाने तो सानू आजाद करा दो, क्योंकि साडा मन समा नहीं मैं विचार कर सका बंदी खाने बारे। फिर पातशाह ने कृपा रहमत की, किहड़े बंदी खाने च साडा मन कैद होया, किवें इहनूं आजाद करवाउणा है, सारा तरीका पातशाह जी ने गुरबाणी च दस्या है। मारे सच्चे पातशाह जी ने बेनती की, नानक को प्रभ राख ले मेरे साहिब बंदी मोच, कत्तक होवै साध संग बिन सह सभे सोच। भाई जे किते कत्तक दे महीने विच साधु दा संग सानू प्राप्त हो जाए, तो फिर भाई की होवेगा, कृपा की होवेगी साडे ते, साडियां सारियां सोचां खत्म हो जाणगियां। अज बंदा सोचता है कि मैनू आह मिल जाए, मैनू इस फल की प्राप्ति हो जाए, मैनू आह चीज़ मिल जाए, सोचता है बंदा। पर तीजे पातशाह जी ने तरीका दसिया, भाई तुहाडियां सारियां इच्छावां पूरियां हो जाणगियां, जो तुसीं चाहुंदे जी वो सब कुछ हो जाएगा। पर एक काम सतगुरु जी कहिंदे करना पैणा, वह कहड़ा? पातशाह जी कहिंदे साच नाम आधार मेरा,
ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਪਰ ਕਰਨਾ ਕੀ ਪਿਆ? ਸਾਚ ਨਾਮ ਆਧਾਰ ਮੇਰਾ, ਸੱਚੇ ਨਾਮ ਨੂੰ ਆਧਾਰ ਬਣਾਇਆ। ਆਓ ਸਮਾਂ ਹੋ ਚੁੱਕਿਆ, ਸਮਾਪਤੀ ਕਰੀਏ। ਆਓ 2 ਮਿੰਟ ਸਾਰੀ ਸੰਗਤ ਕਿਰਪਾ ਕਰੋ। ਜੋ ਤੀਜੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਸਾਚ ਨਾਮ ਆਧਾਰ ਮੇਰਾ, ਜੇ ਆਪਣੀਆਂ ਸੋਚਾਂ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਕਿ ਸਾਡੀਆਂ ਇੱਛਾਵਾਂ ਪੂਰੀਆਂ ਹੋਣ, ਤਾਂ ਫਿਰ ਗੁਰਮੁਖੋ ਸਾਨੂੰ ਸੱਚੇ ਨਾਮ ਨੂੰ ਆਧਾਰ ਬਣਾਉਣਾ ਪੈਣਾ। ਜੇ ਆਧਾਰ ਬਣਾ ਲਾਂਗੇ, ਸਾਰੀਆਂ ਇੱਛਾਵਾਂ ਸਭ ਕੁਛ ਮਿਲੇਗਾ। ਪਾਤਸ਼ਾਹ ਜੀ ਕਹਿੰਦੇ ਇੱਥੇ ਵੀ ਸੁੱਖ ਮਿਲੇਗਾ, ਦਰਗਾਹ 'ਚ ਵੀ, ਪਰਲੋਕ 'ਚ ਵੀ ਸੁੱਖ ਮਿਲੇਗਾ। ਸਤਿਗੁਰੂ ਜੀ ਕਹਿੰਦੇ ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਭਾਈ ਇੱਥੇ ਵੀ ਸੁੱਖ, ਅਗਾਂਹ ਵੀ ਸੁੱਖ ਮਿਲੇਗਾ। ਇਸ ਕਰਕੇ ਆਓ, ਕਿਵੇਂ ਮਿਲਣਾ? ਨਾਮ ਗੋਬਿੰਦ ਕਾ ਸਦਾ ਲੀਜੈ। ਜਦੋਂ ਜਦੋਂ ਸਦਾ ਅਸੀਂ ਨਾਮ ਜਪਣਾ ਸ਼ੁਰੂ ਕਰਤਾ ਤਾਂ ਸੁੱਖ ਮਿਲਣਾ ਸ਼ੁਰੂ ਹੋ ਜਾਣਾ। ਆਓ ਸਾਰੀ ਸੰਗਤ 2 ਮਿੰਟ ਕਿਰਪਾ ਕਰੋ, ਨੇਤਰਾਂ ਨੂੰ ਬੰਦ ਕਰਕੇ 2 ਮਿੰਟ ਵਾਹਿਗੁਰੂ ਦੇ ਨਾਮ ਨੂੰ ਆਪਾਂ ਜਪਣਾ ਸਾਰੀ ਸੰਗਤ ਨੇ, ਤਾਂ ਜੋ ਤਰੀਕਾ ਸਾਨੂੰ ਪਤਾ ਲੱਗ ਜਾਵੇ, ਅਸੀਂ ਸੁੱਖ ਲੈ ਸਕੀਏ। ਆਓ ਰਸਨਾ ਦੇ ਨਾਲ ਜਪਣਾ ਹੈ ਆਪਾਂ ਵਾਹਿਗੁਰੂ ਦੇ ਨਾਮ ਨੂੰ, ਅਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਨਾ ਹੈ, ਤਾਂ ਜੋ ਸਾਡਾ ਮਨ ਸੁੱਖ ਵਿੱਚ ਜਾ ਸਕੇ, ਸਾਨੂੰ ਸੁੱਖ ਮਿਲ ਸਕੇ। ਰਸਨਾ ਦੇ ਨਾਲ ਜਪਣਾ ਹੈ ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖੋ, ਇਹ ਹੈ ਸੁੱਖ ਲੈਣ ਦਾ ਤਰੀਕਾ। ਜੇ ਇਸ ਤਰ੍ਹਾਂ ਚੱਲਾਂਗੇ ਆਪਾਂ, ਸਤਿਗੁਰ ਦੇ ਬਚਨਾਂ ਦੁਆਰਾ ਆਪਣੇ ਜੀਵਨ 'ਚ ਆਧਾਰ ਬਣਾ ਲਾਂਗੇ, ਫਿਰ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨਗੇ, ਅਸੀਂ ਆਪਣਾ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਵਾਂਗੇ। ਸੋ ਸਮਾਂ ਹੁਣ ਆਪਣਾ ਸਮਾਪਤ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਕਿਰਪਾ ਰਿਮਤ ਕਰਕੇ ਆਪਾਂ ਨੂੰ ਇਹ ਸੰਗਤ ਦਾ ਸਤਸੰਗਤ ਦਾ ਸਮਾਂ ਬਖਸ਼ਿਸ਼ ਕੀਤਾ ਸੀ। ਧੰਨਵਾਦ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬਾਨ ਜੀ ਦਾ, ਭਾਈ ਸਾਹਿਬ ਜੀ ਹੋਰਾਂ ਦਾ, ਰਾਗੀ ਜਥੇ ਜਿਨ੍ਹਾਂ ਨੇ ਗੁਰਮੁਖਾਂ ਨੇ ਬੜੇ ਪਿਆਰ ਦੇ ਨਾਲ ਸ਼ਬਦ ਕੀਰਤਨ ਸਰਵਣ ਕਰਵਾਇਆ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਇਹ ਜੋ ਸਮਾਂ ਆਪਾਂ ਨੂੰ ਦਿੱਤਾ ਸੀ ਸੰਗਤ ਜੀ ਦੇ ਦਰਸ਼ਨ ਕਰਨ ਦਾ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨ, ਸਾਨੂੰ ਨਾਮ ਨਾਲ ਜੋੜ ਲੈਣ, ਸਾਡਾ ਜੀਵਨ ਸਫਲ ਹੋ ਜੇ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਇਹ ਜੋ ਪ੍ਰਚਾਰ ਆਪਾਂ ਪਿਛਲੇ 2 ਦਿਨਾਂ ਤੋਂ ਸਰਵਣ ਕਰ ਰਹੇ ਹਾਂ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਸਦਕਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਰੌਲੀ ਰੋਡ ਮੋਗਾ ਤੋਂ ਚੱਲ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਰਹਿਮਤ ਕੀਤੀ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ 'ਤੇ, ਆਪਣਾ ਮਿਹਰ ਭਰੇ ਹੱਥ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਨੇ, ਔਰ ਇਹ ਉਦਮ ਦਿੱਤਾ ਕਿ ਤੁਸੀਂ ਪਿੰਡ ਪਿੰਡ ਦੇ ਵਿੱਚ